ਵੱਲ ਪਹੁੰਚੇ ਹੋ ਕੀ ਮਾਮਲਾ ਹੈ ਪੂਰਾ ਔਰ ਆਮ ਆਦਮੀ ਪਾਰਟੀ ਦੇ ਅੰਦੋਲਨ ਨੂੰ ਜਿਹੜਾ ਕਿੱਥੇ ਤੱਕ ਲੈ ਕੇ ਗਏ ਦੇਖੋ 407 ਏਕੜ ਜਿਹੜੀ ਜ਼ਮੀਨ ਆ ਜਿਹੜੀ ਪਿੰਡ ਵਾਸੀਆਂ ਲਗਭਗ 40-45 ਸਾਲ ਲਾ ਕੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਮਾਂ ਲਾ ਕੇ ਆਵਾਜ਼ ਕੀਤੀ ਆ ਅੱਜ ਰੋਟੀ ਖਾਣ ਲੱਗੇ ਨੇ ਅੱਜ ਪੈਰਾਂ ਸਿਰ ਹੋਏ ਨੇਗੇ ਸਰਕਾਰ ਜਿਹੜਾ ਹੈਗਾ ਖਾਸ ਤੌਰ ਤੇ ਪੰਜਾਬ ਦੇ ਦਲਿਤ ਭਰਾਵਾਂ ਦੇ ਪਿੱਛੇ ਪਈ ਹੋਈ ਆ ਉਹਨਾਂ ਦੀ ਜ਼ਮੀਨ ਜਿਹੜੀ ਹੜੱਪਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਸਰਕਾਰ ਨੇ ਪਹਿਲਾਂ ਐਕਵਾਇਰ ਕੀਤੀ ਹੋਈ ਆ ਉਹਦਾ ਕਬਜ਼ਾ ਲਿਆ ਹੋਇਆ ਹੈਗਾ ਉੱਥੇ ਇੰਡਸਟਰੀ ਕਿਉਂ ਨਹੀਂ ਸਥਾਪਿਤ ਕਰਦੇ ਕਿਉਂ ਨਹੀਂ ਜਿਹੜਾ ਹੈਗਾ ਜਿਹੜੀ ਪਹਿਲਾਂ ਜ਼ਮੀਨ ਲਈ ਉੱਥੇ ਇੰਡਸਟਰੀ ਸਥਾਪਿਤ ਕਰਦੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਲੈਂਡ ਮਾਫੀਆ ਜਿਹੜਾ ਹੈਗਾ ਉਹ ਕੈਪਟਨ ਸਾਹਿਬ ਦੀ ਜਿਹੜੀ ਆ ਉਹਨੂੰ ਗਾਈਡ ਕਰ ਰਿਹਾ ਅੱਜ ਲੈਂਡ ਮਾਫੀਆ ਸਰਕਾਰ ਚਲਾ ਰਿਹਾ ਕੈਪਟਨ ਸਾਹਿਬ ਸਰਕਾਰ ਨਹੀਂ ਚਲਾ ਰਿਹਾ ਗਰੀਬ ਲੋਕਾਂ ਦਾ ਧੱਕਾ ਕਰ ਰਿਹਾ ਸਰਕਾਰਾਂ ਲੋਕਾਂ ਨੂੰ ਰੋਟੀ ਦੇਣ ਲਈ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਹੁੰਦੀਆਂ ਨੇ ਪਰ ਲੇਕਿਨ ਲੋਕਾਂ ਦੀ ਰੋਟੀ ਖੋਈ ਜਾ ਰਹੀ ਆ ਲੋਕਾਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਹੈਗਾ ਆਮ ਆਦਮੀ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਡਟ ਕੇ ਲੋਕਾਂ ਦੇ ਨਾਲ ਆ ਜਿੱਥੇ ਤੱਕ ਲੈ ਕੇ ਜਾਣਗੇ ਉਹ ਸੰਘਰਸ਼ ਲੜਾਂਗੇ ਸਰਕਾਰ ਦਾ ਇਹ ਕਹਿਣਾ ਹੈ ਕਿ ਅਗਰ ਇੱਥੇ ਇੰਡਸਟਰੀਅਲ ਪਾਰਕ ਐਸਟੈਬਲਿਸ਼ ਹੁੰਦਾ ਹੈ ਤੇ ਲੋਕਾਂ ਨੂੰ ਜਿਹੜੇ ਇੱਥੇ ਲੋਕਲ ਵਸਨੀਕ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਮਿਨੀਮਮ ਜਿਹੜਾ 15,000 ਰੁਪਇਆ ਹਰ ਪਰਿਵਾਰ ਕਮਾਏਗਾ ਇਸ ਇੰਡਸਟਰੀਅਲ ਪਾਰਕ ਤੋਂ ਬਾਅਦ ਤੇ ਫਿਰ ਇਹਦਾ ਨੁਕਸਾਨ ਕੀ ਹੈ ਦੇਖੋ ਜਿਹੜੀਆਂ ਪਹਿਲਾਂ ਜ਼ਮੀਨਾਂ ਅਕਵਾਇਰ ਕੀਤੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਚਾਹੇ ਉਹ ਮਾਨਸਾ ਦੀ ਗੱਲ ਆ ਚਾਹੇ ਉਹ ਜੀਰਕਪੁਰ ਦੀ ਗੱਲ ਆ ਚਾਹੇ ਰਾਜਪੁਰੇ ਦੀ ਗੱਲ ਆ ਚਾਹੇ ਗੋਇੰਦਪਾਲ ਸਾਹਿਬ ਦੀ ਗੱਲ ਆ ਚਾਹੇ ਬਟਾਲੇ ਦੀ ਗੱਲ ਆ ਉੱਥੇ ਇੰਡਸਟਰੀਅਲ ਪਾਰਕ ਕਿਉਂ ਨਹੀਂ ਸਥਾਪਿਤ ਕੀਤੇ ਹੈਗੇ ਸਰਕਾਰ ਜ਼ਮੀਨਾਂ ਅਕਵਾਇਰ ਕਰ ਲੈਂਦੀ ਆ ਉਸ ਤੋਂ ਬਾਅਦ ਲੈਂਡ ਮਾਫੀ ਨੂੰ ਵੇਚ ਦਿੰਦੀ ਹੈਗੀ ਸਰਕਾਰ ਪਹਿਲਾਂ ਜਿਹੜੀਆਂ ਜ਼ਮੀਨਾਂ ਖਾਲੀ ਪਈਆਂ ਨੇ ਜਿਹੜੇ ਪਲਾਟ ਖਾਲੀ ਪਏ ਨੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਉੱਥੇ ਇੰਡਸਟਰੀ ਸਥਾਪਿਤ ਕਰੇ ਉਸ ਤੋਂ ਬਾਅਦ ਇਧਰ ਵੱਲ ਦੇਖੇ ਜਦੋਂ ਜ਼ਮੀਨ ਆਲਰੇਡੀ ਖਾਲੀ ਪਈ ਆ ਉੱਥੇ ਕਿਉਂ ਨਹੀਂ ਜਿਹੜੀ ਇੰਡਸਟਰੀ ਲਾਈ ਜਾਂਦੀ ਇਹ ਕੈਪਟਨ ਸਾਹਿਬ ਦਾ ਦੋਗਲਾ ਪਾਣਾ ਦੋਗਲਾ ਚਿਹਰਾ ਗਾ ਸੋ ਉਹਨਾਂ ਨੂੰ ਚਾਹੀਦਾ ਗਰੀਬ ਲੋਕਾਂ ਦੇ ਧੱਕਾ ਨਾ ਕਰਨ ਆਮ ਆਦਮੀ ਪਾਰਟੀ ਡਟ ਕੇ ਖੜੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਉਠਾਵਾਂਗੇ ਬਿਲਕੁਲ ਸੈਸ਼ਨ ਨਹੀਂ ਚੱਲਣ ਦੇਵਾਂਗੇ ਇਸ ਫੈਸਲੇ ਦਾ ਵਿਰੋਧ ਕਰਾਂਗੇ ਆਪਣੇ ਘਰਾਂ ਦੀ ਪਾਰਟੀ ਆ ਤੁਹਾਡੇ ਵਿੱਚੋਂ ਨਿਕਲੀ ਪਾਰਟੀ ਆ ਜਦੋਂ ਲੱਗਿਆ ਸਾਨੂੰ ਤੁਹਾਡੀ ਪੰਚਾਇਤ ਨੇ ਧੱਕਾ ਕੀਤਾ ਪਹਿਲੇ ਦਿਨ ਮੈਂ ਆਈ ਇੱਥੇ ਸਾਰਾ ਦੇਖਿਆ ਆਪਾਂ ਇਹਦਾ ਜੋ ਇੱਕ ਦੂਜੇ ਨਾਲ ਅਸੀਂ ਚੀਮਾ ਸਾਹਿਬ ਖੁਦ ਵੀ ਇੱਕ ਮੰਝੇ ਹੋਏ ਵਕੀਲ ਹੈ ਕਿੰਨੀ ਦੇਰ ਉਹਨਾਂ ਨੇ ਪ੍ਰੈਕਟਿਸ ਕੀਤੀ ਇਹਨਾਂ ਨੇ ਕਿਹਾ ਪਹਿਲਾਂ ਆਪਾਂ ਗ੍ਰਾਮ ਸਭਾ ਬੁਲਾਵਾਂਗੇ ਤੁਸੀਂ ਸਾਰਿਆਂ ਨੇ ਸਰਪੰਚ ਸਾਹਿਬ ਨੇ ਉੱਥੇ ਮੈਨੂੰ ਦੱਸਿਆ ਵੀ ਕਿਸ ਤਰ੍ਹਾਂ ਡੀਸੀ ਦਫ਼ਤਰ ਜਾ ਕੇ ਧੱਕੇ ਨਾਲ ਸਾਈਨ ਕਰਾਉਣ ਲੱਗੇ ਡੀਸੀ ਸਾਹਿਬ ਨੇ ਪੇਪਰ ਚੱਕ ਕੇ ਮਾਰੇ ਵੀ ਆਹ ਚੱਕੋ ਜੇ ਮਨਾ ਕੇ ਨਹੀਂ ਲਿਆ ਸਕਦਾ ਸੀ ਵੀਡੀਓ ਤਾਂ ਤੂੰ ਮੇਰੇ ਕੋਲ ਲੈ ਕੇ ਕੀ ਕਰਨਾ ਹੈ ਅਸੀਂ ਚੀਮਾ ਸਾਹਿਬ ਨਾਲ ਡਿਸਕਸ ਕੀਤਾ ਚੀਮਾ ਸਾਹਿਬ ਉਹਨਾਂ ਨੇ ਸਾਰਿਆਂ ਨੇ ਰਲ ਕੇ ਡਿਊਟੀ ਲਈ ਮੂੰਗੋ ਸਾਹਿਬ ਦੀ ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਈ ਸੀ ਲੜਾਈ ਤੁਹਾਡੀ ਸੱਥ ਦੀ ਹੋਵੇ ਸੱਥ ਤੋਂ ਮੁੱਖ ਮੰਤਰੀ ਦੇ ਘਰ ਦੇ ਘਰਾਓ ਦੀ ਹੋਵੇ ਜਾਂ ਵਿਧਾਨ ਸਭਾ ਦੀ ਆਵਾਜ਼ ਹੋਵੇ ਜਾਂ ਸੰਸਦ ਦੀ ਆਵਾਜ਼ ਹੋਵੇ ਜਾਂ ਸੁਪਰੀਮ ਕੋਰਟ ਤੱਕ ਜਾਣ ਦੀ ਗੱਲ ਹੋਵੇ ਸਭ ਤੋਂ ਪਹਿਲਾਂ ਮੂਹਰੇ ਲੱਗੇਗੀ ਆਮ ਆਦਮੀ ਪਾਰਟੀ ਕਿਉਂਕਿ ਅਸੀਂ ਵੀ ਮੈਂ ਵੀ ਚੀਮਾ ਸਾਹਿਬ ਵੀ ਸਾਡੇ ਭਗਵੰਤ ਮਾਨ ਜੀ ਵੀ ਆਮ ਘਰਾਂ 'ਚੋਂ ਨਿਕਲੇ ਹੋਏ ਬੱਚੇ ਆ ਜਿਹੜੇ ਤੁਹਾਡਾ ਦਰਦ ਸਮਝ ਸਕਦੇ ਹਾਂ ਅਸੀਂ ਸਮਝ ਸਕਦੇ ਹਾਂ ਜਿਹੜੀ ਸਰਕਾਰ ਨੂੰ ਤੁਸੀਂ ਪੰਚਾਇਤੀ ਬੋਲੀ 'ਤੇ ਜ਼ਮੀਨ ਲੈ ਕੇ ਆਪਣੇ ਘਰ ਦੇ ਚੁੱਲ੍ਹੇ ਚਲਾ ਰਹੇ ਹੋ ਉੱਥੋਂ ਸਰਕਾਰ ਨੂੰ ਪੈਸਾ ਦੇ ਰਹੇ ਹੋ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਆ ਵੀ ਹੁਣ ਕਾਰਪੋਰੇਟ ਘਰਾਣਿਆਂ ਨੇ ਤੁਹਾਡੇ ਤੋਂ ਵੱਧ ਸਰਕਾਰ ਨੂੰ ਕੀ ਦਿੱਤਾ ਕਿ ਸਰਕਾਰ ਨੂੰ 75 ਘਰਾਂ ਦੀ ਰੋਟੀ ਨਹੀਂ ਦੱਸ ਰਹੀ ਸਭ ਤੋਂ ਵੱਡੀ ਗੱਲ ਇਹ ਆ ਬੜੀ ਮੰਦਭਾਗੀ ਗੱਲ ਅਤੇ ਸ਼ਲਾਘਾਯੋਗ ਕਦਮ ਪਿੰਡ ਦਾ ਜਿਹੜੇ ਉਹਦੇ ਰਾਤ ਨੂੰ 6 ਵਜੇ ਬੀਬੀ ਜੀ ਨੂੰ ਪੁਲਿਸ ਬਿਨਾਂ ਪੁਲਿਸ ਕਾਂਸਟੇਬਲ ਤੋਂ ਪੁਲਿਸ ਚੱਕ ਕੇ ਲੈ ਗਈ ਥਾਣੇ ਲੈ ਕੇ ਜਾਣ ਦੀ ਥਾਂ 'ਤੇ ਸਬ ਤਹਿਸੀਲ ਲੈ ਕੇ ਗਏ ਸਬ ਤਹਿਸੀਲ ਮਕੂਮ ਕਲਾਂ ਲੈ ਕੇ ਗਏ ਪਿੰਡ ਵਾਲਿਆਂ ਨੇ ਉੱਥੇ ਜਾ ਕੇ ਰੌਲਾ ਪਾਇਆ ਰੌਲਾ ਪਾਉਣ ਤੋਂ ਬਾਅਦ ਬੀਬੀ ਜੀ ਉੱਥੇ 9 ਵਜੇ ਬਾਹਰ ਖੜ ਕੇ ਕਹਿ ਰਹੇ ਆ ਕੋਈ ਲੇਡੀ ਪੁਲਿਸ ਆਲੇ ਦੁਆਲੇ ਨਹੀਂ ਹੈ ਵੀ ਜਾਂ ਤਾਂ ਪੁਲਿਸ ਹੁਣ ਕੈਪਟਨ ਸਾਹਿਬ ਇਹ ਦੱਸਣ ਵੀ ਕਿਹੜੇ ਜੁਰਮ ਦੇ ਅਧੀਨ ਪੁਲਿਸ ਚੱਕ ਕੇ ਲੈ ਕੇ ਆਈ ਸੀ ਕਿਹੜਾ ਅਫਸਰ ਤੁਹਾਡਾ 6 ਵਜੇ ਤੱਕ ਦਫ਼ਤਰਾਂ 'ਚ ਬੈਠ ਕੇ ਰਜਿਸਟਰੀਆਂ ਕਰਦਾ ਇਹ ਦੱਸੋ ਪਰ ਗਰੀਬਾਂ ਨੇ ਹੱਕ ਮਾਰਨਾ ਹੁਣ ਤੁਹਾਡਾ ਸ਼ੌਂਕ ਹੋ ਚੁੱਕਿਆ ਅੱਜ ਮੈਂ ਆਪਣੀ ਸਪੀਚ ਘੱਟ ਰੱਖਾਂਗੀ ਕਿਉਂਕਿ ਅਸੀਂ ਲੀਡਰ ਸਾਹਿਬ ਨੂੰ ਸੁਣਨਾ ਸਟ੍ਰੈਟਜੀ ਜਿਹੜੀ ਉਹ ਬਣਾਉਣਗੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਚੱਲਾਂਗੇ ਅਤੇ ਅੱਜ ਪ੍ਰਧਾਨ ਜੀ ਨੇ ਆਪਣੇ ਲਈ ਟਾਈਮ ਵੀ ਕੱਢਿਆ ਅਤੇ ਥੋੜ੍ਹੇ ਦਿਨਾਂ 'ਚ ਇੱਥੇ ਹੋ ਸਕਦਾ ਪਾਰਟੀ ਪ੍ਰਧਾਨ ਵੀ ਆਪ ਆ ਕੇ ਜਾਣ ਜਾਂ ਮਿਲ ਕੇ ਜਾਣ ਪਰ ਅੱਜ ਲੀਡਰ ਆਫ ਆਪੋਜੀਸ਼ਨ ਆਏ ਹੈ ਆਪਾਂ ਇਹਦੀ ਗੱਲ ਕਰਨਗੇ ਸਾਰੀ ਕਾਨੂੰਨੀ ਦਾਪੇਚ ਦੱਸਣਗੇ ਮੈਂ ਬੈਠਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖੂਵਾਲ ਦੇ ਹਰ ਘਰ 'ਚੋਂ ਆਏ ਵਿਅਕਤੀ ਸਭ ਤੋਂ ਪਹਿਲਾਂ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਨਾਲ ਸਾਡੀ ਵੱਡੀ ਭੈਣ ਸਰਬਜੀਤ ਕੌਰ ਮਾਣੂਕੇ ਜੀ ਗਿਆਨ ਸਿੰਘ ਮੂੰਗੋ ਜੀ ਰਾਜਵੰਤ ਕੁੱਲੀ ਜੀ ਖਾਲਸਾ ਜੀ ਸਮੁੱਚੀ ਸਾਡੀ ਟੀਮ ਇੱਥੇ ਹਾਜ਼ਰ ਹੋਈ ਆ ਕਿਉਂਕਿ ਲੰਬੇ ਅਰਸੇ ਤੋਂ ਕਾਫੀ ਦੇਰ ਤੋਂ ਪੰਜਾਬ ਸਰਕਾਰ ਦੀ ਅੱਖ ਆ ਜਿਹੜੀ ਉਹ ਤੁਹਾਡੀ ਜ਼ਮੀਨ 'ਤੇ ਆ ਕਿਉਂਕਿ ਕੈਪਟਨ ਸਾਹਿਬ ਲਗਾਤਾਰ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਆਮ ਲੋਕਾਂ ਦੀਆਂ ਗਰੀਬ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਨੇਗੀਆਂ ਚਾਹੇ ਉਹ ਸਰਕਾਰੀ ਜ਼ਮੀਨਾਂ ਨੇ ਜਾਂ ਪੰਚਾਇਤ ਦੀਆਂ ਜ਼ਮੀਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇਗੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਸਮੇਂ ਬਠਿੰਡਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ ਗਈ ਸੀ ਪਟਿਆਲਾ 'ਚ ਕੀਤੀ ਗਈ ਸੀ
पंजाब के गोइंदवाल साहब की गई सी, होर वख-वख जिलों च की गई सी, उन्हां सारियां जमीनां ते हजे तक कोई भी इंडस्ट्री का पार्क नहीं बनिया। हजे तक जिन्नियां जमीनां अक्वायर कीतियां गईयां सी, जिहड़े 2017 तो पहला कीतियां गईयां सी, उत्थे कोई इंडस्ट्री का जिहड़ा हैगा कोई प्लांट नहीं लग्गिया हैगा, उह हजे खाली पईयां नेगियां। कैप्टन साहब उन्हां ते प्लांट क्यों नहीं लाउंदे हैगे? उन्हां जिहड़ी जगह पहला अक्वायर कीती होई जमीना किसानां तों, चाहे गोबिंदपुरे पिंड की गल आ, मानसा च बहुत वड्डा संघर्ष होया सी, पंजाब दे किसानां ने लड़िया सीगा। सो बार बार जमीना अक्वायर करन दा मतलब की आ कि तुहाडियां जिहड़ी जमीना ने, जे तुसीं लंबे अरसे तों बाद कीतियां नेगियां, तुसीं आपदी जिंदगी दे बेहतरीन जिहड़े 35-40 साल इस जमीन नूं आबाद करन ते लाए नेगे, उह आबाद जमीन नूं जिहड़ा कुछ इंडस्ट्रियलिस्ट पंजाब सरकार नाल जिहड़ा पंजाब दा लैंड माफिया गा उह कब्जा करना चाहुंदा गा, इहनूं बिल्कुल नहीं होण देंगे, तुहाडे नाल खड़े आंगे। मैं स्पैशली इस गल करके आयांगा कि तुहाडे पिंड दे सरपंच अमरीक कौर जी जिहड़े, इन्हां ने बड़ा अच्छा संघर्ष किया कि जिस तरह इन्हां नूं चक के लै गए, जिस तरह इन्हां अगवा करके, मैं समझदा BDPO सैकटरी या जिहड़े होर अधिकारी ने इन्हां नूं अगवा करके लै गए और इन्हां तों दस्तखत करवाउण की कोशिश की गई, वह तुसीं सारिआं ने नाकाम की। तुहाडा बहुत बहुत धन्नवाद और आस करते हैं कि इसे जिहड़ी लड़ाई तुसीं अज लड़ रहे होंगे, लोगों की लड़ाई आ, आम लोग आम घर के नौजवानों की लड़ाई आ, आम घर धियां पुत्तों की लड़ाई आ, ये आम आदमी पार्टी डट के थोड़े नाल खड़ी है। पहला सरबजीत कौर माणुके जी भी आके गए हैं, हुण मेरी ड्यूटी लगी है, लगातार असी आउंदे रहांगे। जदों भी कोई पंजाब सरकार, चाहे वह कैप्टन साहब का कोई नुमाइंदा गा, चाहे पंजाब पुलिस का कोई अधिकारी आ, चाहे कोई BDPO आ, चाहे कोई DDPO आ, जदों भी तुहाडी जमीन वल अक करके चाकूगा तां बिल्कुल उहनूं बर्दाश्त नहीं करांगे, संघर्ष करांगे। संघर्ष जिहड़े हुंदे ने, जदों लोग अपने घरां नूं छड्ड के संघर्ष करदे नेगे तां उह संघर्ष जिहड़े हुंदे ने सफल हुंदे नेगे। इह जिहड़ी सरकार दी कोशिश आ, आपां इहनूं असफल बनाउणा गा, आपां सारिआं ने यूनाइट रहिणा गा, इकट्ठे रहिणा गा, किसे भी प्रकार की जिहड़ी आपस च जिहड़ी आ पाटोधार दिखणी नहीं चाहीदी, क्योंकि जिस तरह तुसीं ने लंबा समां, साबका सरपंच साहब ने दस्सिया कि लंबा समां 36 साल तो उपर जिहड़ा हैगा इन्हां ने कानूनी लड़ाई लड़ी आ, लगभग चाहे वह सब डिवीजन तो लैके सुप्रीम कोर्ट तक की गल आ, BDPO तो लैके कमिश्नर तक की गल आ, सुप्रीम कोर्ट तक की गल आ, यह सारिया कानूनी लड़ाइया जिहड़ियां हैगियां ने, तुसीं पिंड वासी जित चुके हो। हुण सरकार जिहड़ी आ उह बड़े अपने तरीके दे नाल कानून नूं तरोड़ मरोड़ के, कानून दा जिहड़ा हैगा राजसीकरण करके तुहाडी जमीन हथाउणा चाहुंदी आ, बिल्कुल बर्दाश्त नहीं हैगा गा। जदों पंजाब विधानसभा का सैशन आऊगा, जदों पंजाब विधानसभा का सैशन आऊगा, तुहाडा मुद्दा जिहड़ा उस विधानसभा च भी उठावांगे, विधानसभा तो बाहर थोड़े नाल अज भी डट के खड़े आ, अगे नूं भी करांगे। आह जिहड़ा मता तुसीं पाया गा, आह जिहड़ा तुसीं मता पाया गा, ये मैं इस मते दे विच देखिया गा कि तुहाडा सारा पिंड जिहड़ा हैगा, सारे पिंड दे सर्वसांझे तरीके दा मता पाया, बहुत अच्छी गल आ, क्योंकि इहदे विच बड़ी वड्डी गल आ कि तुसीं सरकार नूं नोटिस भेजिया, तुसीं पूरी कानूनी प्रक्रिया कीती, उस तों बाद DDPO दा नां आउणा, BDPO दा नां आउणा, पंचायत सैकटरी दा नां आउणा, इस गल की जिहड़ी गवाही भरदा गा कि पंजाब सरकार, कैप्टन साहब की सरकार तुहाडी जमीन हड़पना चाहुंदी आ, पर लेकिन असीं पूरे पंजाब नूं लामबंद करांगे, तुहाडे पिंड की जमीन बिल्कुल नहीं जिहड़ी असीं अक्वायर होण देवांगे, क्योंकि जिहड़ी ऑलरेडी जमीन अक्वायर हुई हुई आ, जिहड़ी पहले सरकार ने लई हुई आ, उत्थे क्यों नहीं सरकार इंडस्ट्रियल पार्क बणाउंदी? असीं इंडस्ट्री के खिलाफ नहीं हैगे, असीं कहिंदे आ पंजाब च इंडस्ट्री आवे। अज गोबिंदगढ़ जिहड़ा शहर आ उह बर्बाद होया पिया, अज बटाला शहर बर्बाद होया पिया, अज लुधियाणा जिहड़ा हैगा उत्थे इंडस्ट्री छड्ड के जा रही आ। पंजाब दे विच 64,000 इंडस्ट्रियल जुंट पंजाब नूं छड्ड के जा चुके ने। सारे कित्थे ने? हिमाचल प्रदेश ने, सारे कित्थे ने? जम्मू कश्मीर च ने। सो इत्थे तां इंडस्ट्री लाउण नूं कोई तैयार नहीं गा, इत्थे इंडस्ट्री दे नाते तुहाडी जमीन हड़प्पी जा रही है, बिल्कुल जिहड़ा हैगा बर्दाश्त नहीं करांगे और डट के तुहाडी लड़ाई लड़ांगे। जदों भी तुहाडे ते कोई भी पुलिस अधिकारी, जदों कोई भी तुहाडे ते प्रशासकीय अधिकारी आउंदा गा, तुसीं इनफॉर्म करना गा, साडी समुची टीम तुहाडे नंबर हैगे ने, कि असीं उस वक्त चाहे रात नूं 12 बजे फोन करियो, हाजिर होवांगे, जमीन का कब्जा नहीं लैण देवांगे, रजिस्टर नहीं करवाउण देवांगे। आह जिहड़ा तुसीं मैनूं मता भेजिआ गा, इह मते नूं मैं आपदे तौर ते कानूनी शेप दे के पंजाब दे मुख्यमंत्री नूं भेजूंगा और देश दे प्रधानमंत्री साहब नूं भेजांगे और देश दे जिहड़े राष्ट्रपति साहब नूं भेजांगे और तुहाडे नाल डट के खड़ांगे। इह विश्वास तुहानूं दिवाउण लई साडी समुची टीम आई हैगी। साडे कानूनी सैल दे जिहड़े पंजाब दे प्रधान ने ज्ञान सिंह मुंगो जी, बिल्कुल तुहाडी कानूनी रूप दे विच जदों भी तुहानूं कितें लोड़ आ कानूनी रूप में यह सहायता करनगे। जदों कोई संघर्ष करने की जरूरत आ तो सरबजीत कौर माणुके जी, मैं समुची टीम लैके हाजिर होऊंगा, कदे भी जिहड़ी धक्का नहीं होण देवांगे, तुहानूं विश्वास दिवाउण लई आयांगे और तुहाडा डट के साथ देवांगे। तुहाडा बहुत बहुत धन्नवाद। वाहिगुरू जी का खालसा, वाहिगुरू जी की फतह।